ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅੱਜ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਹੁਣੇ-ਹੁਣੇ ਕੈਪਟਨ ਸਰਕਾਰ ਨੇ ਵਧਾ ਦਿੱਤੀ ਸ਼ਕਤੀ ਕਰਤਾ ਹੁਣ ਇਹ ਐਲਾਨ 15 ਸਤੰਬਰ ਤੱਕ ਲਈ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਹਾਂ ਦੋਸਤੋ ਹੁਣ ਕੈਪਟਨ ਸਰਕਾਰ ਦੇ ਵੱਲੋਂ ਲਾਗੂ ਕੀਤੀ ਗਈ ਸਖਤੀ ਨੂੰ 15 ਸਤੰਬਰ ਤੱਕ ਲਈ ਵਿਧਾਰਿਤ ਕੀਤਾ ਗਿਆ ਤੇ ਸੂਬਾ ਸਰਕਾਰ ਦੇ ਵੱਲੋਂ ਜਿੱਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੋਨਾ ਸੰਬੰਧੀ ਲਾਗੂ ਕੀਤੀਆਂ ਗਈਆਂ ਖਰਾਇਤਾ ਨੂੰ ਕਰੋਨਾ ਕੇਸਾਂ ਦਾ ਮੈਚ ਹੋਏ ਬਾਅਦ ਦੇ ਨੂੰ ਦੇਖਦੇ ਹੋਏ 15 ਸਤੰਬਰ ਤੱਕ ਲਾਗੂ ਕੀਤੇ ਜਾਂਦੇ ਆਦੇਸ਼ ਦਿੱਤੇ ਗਏ ਹਨ ਤੇ ਉੱਥੇ ਦੂਜੀਆਂ ਸੂਬਿਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਕਰੋਨਾ ਟੈਸਟ ਦੀ 네ਗੇਟਿਵ ਰਿਪੋਰਟ ਦਿਖਾਉਣੀ ਅਤੇ ਟੀਕਾ ਕਰਨਾ ਕਰਵਾਇਆ ਹੋਣਾ ਲਾਜ਼ਮੀ ਰੱਖਿਆ ਗਿਆ ਹੈ ਉੱਥੇ ਹੀ ਵਿਦਿਆਕਾਧਾਰਣੇ ਵਿੱਚ ਆਉਣ ਵਾਲੇ ਟੀਚਰਾਂ ਤੇ ਨਾਨ ਟੀਚਿੰਗ ਸਟਾਫ ਦੇ ਲਈ ਕਰੋਨਾ ਟੀਕਾ ਕਰਨ ਹੋਇਆ ਹੁਣਾਂ ਲਾਜ਼ਮੀ ਕੀਤਾ ਗਿਆ ਤੇ ਇਹਨਾਂ ਨਿਯਮਾਂ ਨੂੰ ਪਹਿਲਾਂ ਵੀ ਤਰ੍ਹਾਂ ਲਾਗੂ ਰੱਖਿਆ ਗਿਆ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਘਰ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮ ਵਿੱਚ 150 ਵਿਅਕਤੀ ਸ਼ਾਮਲ ਹੋ ਸਕਦੇ ਹਨ ਤੇ ਬਾਹਰ ਖੁੱਲੇ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮ ਵਿੱਚ 300 ਵਿਅਕਤੀ ਹਾਜ਼ਰ ਹੋ ਸਕਦੇ ਹਨ